बिस्मिल्लाहिर्रहमानिर्रहीम तमाम देखने और सुनने वालों को अस्सलामु अलैकुम। तुसी देख रहे हो साडा यूट्यूब चैनल जट जिमीदार व्लॉग से ना तो इनू सबसक्राइब भी करना, लाइक शेयर तो कमेंट भी करते रहना और साड़ी कमी बेशी भी सानू दसते रहना, गाइड करते रहना। तो जिस तरह तुसी देख रहे हो कि तिल की फसल जिहड़ी चोपे दे काश्त की गई है और अज जिहड़ा मेरा वीडियो बनाने का मकसद ये आ कि जिहड़े आपां ਖੇਲੀਆਂ ਦੇ ਚੋਪੇ ਨਾਲ ਤਿਲ ਕਾਸ਼ ਕਰਦੇ ਹਾਂ ਇਹ ਕਿਸ ਤਰ੍ਹਾਂ ਕਰਨੇ ਚਾਹੀਦੇ ਨੇ, ਇਹਨਾਂ ਦਾ ਜਿਹੜਾ ਬਿਹਤਰ ਹੈ ਮਸਲਾ, ਇਹਨਾਂ ਦਾ ਅਗਾਹ ਵੀ ਬਿਹਤਰ ਹੋਵੇ ਔਰ ਇਹਨਾਂ ਦੀ ਗਰੋਥ ਵੀ ਬਿਹਤਰ ਹੋਵੇ, ਉਹ ਕਿਸ ਤਰ੍ਹਾਂ ਬਿਹਤਰ ਹੋ ਸਕਦੀ ਹੈ। ਠੀਕ ਹੈ, ਔਰ ਇਸ ਟਾਈਮ ਇਹ ਜਿਹੜੀ ਫਸਲ ਹੈ ਕਿੰਨੇ ਦਿਨ ਦੀ ਹੋ ਗਈ ਔਰ ਉਸ ਦੌਰਾਨ ਇਹਨਾਂ ਨੇ ਕੋਈ ਖੁਰਾਕ ਦਿੱਤੀ ਹੈ ਜਾਂ ਨਹੀਂ ਔਰ ਪਾਣੀ ਕਿੰਨੇ ਲਾਏ ਹੈਗੇ। ਠੀਕ ਹੈ, ਔਰ ਇਹਦੀ ਅੱਗੇ ਵੀ ਮੈਂ ਇੱਕ ਵੀਡੀਓ ਸ਼ੇਅਰ ਕੀਤੀ ਸੀ ਆਪਣੇ ਭਾਈਆਂ ਨਾਲ, ਔਰ ਇਹ ਤਕਰੀਬਨ 6 ਏਕੜ ਦਾ ਪਲਾਟ ਹੈਗਾ। 3 ਏਕੜ ਜਿਹੜੇ ਤੁਹਾਨੂੰ ਆ ਸੁੱਕੀਆਂ ਜਿਹੀਆਂ ਖਾਲੀ ਨਜ਼ਰ ਆ ਰਹੀਆਂ ਨੇ ਔਰ 3 ਜਿਹਦੇ ਵਿੱਚ ਆ ਤੂੜੀ ਵਾਲੀ ਧੜ ਪਈ ਹੋਈ ਨਾ, 3 ਏਕੜ ਆ, ਮਤਲਬ 6 ਏਕੜ ਦਾ ਇੱਕੋ ਪਲਾਟ ਹੈ ਔਰ 3 ਏਕੜ ਜਿਹੜੇ ਤੁਹਾਨੂੰ ਹਰੇ ਹਰੇ ਜ਼ਿਆਦਾ ਨਜ਼ਰ ਆ ਰਹੇ ਨੇ ਨਾ। ਠੀਕ ਹੈ, ਇਹ ਧੜ ਵਾਲੀ ਜਗ੍ਹਾ 'ਤੇ ਵੀ ਇਹਨਾਂ ਨੂੰ ਉਹਨਾਂ ਨੇ ਰੋਣੀ ਕੀਤੀ ਸੀ ਔਰ ਇਹ 3 ਏਕੜ ਜਿਹੜੇ ਨੇ, ਅੱਗੇ ਮੈਂ ਬਿਆਨ ਕੀਤਾ ਸੀ ਕਿ ਇਹਨਾਂ 3 ਏਕੜਾਂ ਨੂੰ ਉਹਨਾਂ ਤਰਾਉਣੀ ਨਹੀਂ ਸੀ ਕੀਤੀ, ਸਿਰਫ ਤਜਰਬੇ ਤੌਰ ਹੀ ਜਿਹੜਾ ਨਾ, ਇਹ ਗੱਲ ਨਹੀਂ ਕਿ ਪਾਣੀ ਦਾ ਇਸ਼ੂ ਨਹੀਂ ਸੀਗਾ, ਸਿਰਫ ਉਹਨੇ ਆਖਿਆ ਯਾਰ ਤਜਰਬਾ ਤਾਂ ਕਰਨਾ ਚਾਹੀਦਾ ਵਾ ਕਿ ਇਹਦੇ 'ਚ ਕੀ ਫਰਕ ਆਉਂਦਾ ਵਾ। ਠੀਕ ਹੈ, ਔਰ ਕੁਛ ਜਿਹੜਾ ਵਾ ਮੈਂ ਖੁਦ ਜਿਹੜਾ ਮਹਿਸੂਸ ਕੀਤਾ ਫਰਕ ਉਹ ਆਪਣੇ ਭਾਈਆਂ ਨਾਲ ਮੈਂ ਸ਼ੇਅਰ ਕਰਦਾ ਵਾਂ। ਔਰ ਇਸ ਟਾਈਮ ਜਿਹੜੀ ਇਹ ਫਸਲ ਹੈਗੀ ਹੈ ਇਹ 18 ਦਿਨ ਦੀ ਹੋ ਗਈ ਹੈ, ਇਹ ਦੇਖੋ ਸੁੰਡੀ ਜਿਹੜੀ ਨਾ ਇਹਨਾਂ ਨੇ ਇਹ ਅੱਗੇ ਜਿਹੜਾ ਨਾ ਸਪਰੇਅ ਇੱਕ ਕਰ ਦਿੱਤਾ ਤਕਰੀਬਨ 8ਵੇਂ ਕਿ 9ਵੇਂ ਦਿਨ ਇਹਨਾਂ ਨੇ ਸਪਰੇਅ ਕਰਤਾ ਸੀਗਾ, ਪਾਣੀ ਲਾਇਆ ਸੀ ਉਦੋਂ ਪਹਿਲਾਂ, ਉਦੋਂ ਉਹਨਾਂ ਨੇ ਸਪਰੇਅ ਮਸਲ ਪਾਣੀ ਤੋਂ ਬਾਅਦ ਜਿਹੜਾ ਨਾ ਉਹ ਕਰਤਾ ਸੀ। ਹੁਣ ਤੁਸੀਂ ਮੇਨ ਜਿਹੜੀ ਚੀਜ਼ ਹੈ ਨਾ ਉਹ ਨੋਟ ਕਰਨੀ ਇਹਦੀ ਗਰੋਥ ਕਿ ਇਹਦਾ ਕੱਦ ਕਿੰਨਾ ਵਾ, ਔਰ ਜਿਹੜੇ ਰੌਣੀ ਕਰਕੇ ਕਾਸ਼ਤ ਕੀਤੇ ਗਏ ਨੇ ਮੈਂ ਉੱਥੇ ਵੀ ਲੈ ਕੇ ਤੁਹਾਨੂੰ ਚੱਲਾਂਗਾ, ਤੁਸੀਂ ਉਹ ਵੀ ਦੇਖਣਾ ਕਿ ਉਹਨਾਂ ਦਾ ਕੱਦ ਕਿੰਨਾ ਹੈਗਾ। ਠੀਕ ਹੈ, ਔਰ ਇਹਨਾਂ 18 ਦਿਨਾਂ ਦੇ ਵਿੱਚ ਇਹਨਾਂ ਨੇ ਸਿਰਫ ਇੱਕ ਪਾਣੀ ਲਾਇਆ ਵਾ ਔਰ ਇੱਕ ਜਿਹੜੀ ਆ ਉਹ ਸਪਰੇਅ ਕੀਤੀ ਆ, ਬਾਕੀ ਕਾਸ਼ਤ ਦਾ ਟਾਈਮ ਜਿਹੜਾ ਵਾ ਉਹ ਅੱਧੀ ਬੋਰੀ ਜਿਹੜੀ ਆ ਉਹ DAP ਦੀ ਪਾਈ ਸੀ ਇਹਨਾਂ ਨੇ। ਠੀਕ ਹੈ, ਬਾਕੀ ਇਹ ਦੂਸਰਾ ਪਾਣੀ ਲੱਗਾ ਨਾ, ਕੁਛ ਜਿਹੜੇ ਨੇ ਚੋਪੇ ਉਹ ਰਹਿੰਦੇ ਸਨ, ਉਹ ਜਿਉਂ ਹੀ ਉਹਨਾਂ ਨੂੰ ਪਾਣੀ ਜਦੋਂ ਲੱਗਾ ਉਦੋਂ ਨਿਕਲਣੇ ਸ਼ੁਰੂ ਹੋ ਪੈਣ। ਕੋਸ਼ਿਸ਼ ਕਰਿਆ ਕਰੋ ਅਗਰ ਤਾਂ ਪਹਿਲਾਂ ਜਦੋਂ ਵਿਕਾਸ ਕਰਨੇ ਨਿਕਲ ਪੈਣ ਤਾਂ ਠੀਕ, ਅਗਰ ਉਹਨੂੰ ਸਹੀ ਜਰਮੀਨੇਸ਼ਨ ਨਾ ਹੋਵੇ ਤਾਂ ਦੂਸਰਾ ਪਾਣੀ ਜਿਹੜਾ ਨਾ ਉਹ ਜਲਦੀ ਦੁਹਰਾ ਦਿਆ ਕਰੋ, ਉਹਦੇ ਨਾਲ ਕਿ ਵੱਤਰ ਚੜ੍ਹ ਜਾਂਦਾ ਤਾਂ ਫਿਰ ਉਹ ਉੱਗ ਪੈਂਦੇ ਨੇ ਜਿਹੜੇ ਚੋਪੇ, ਅਗਰ ਪਾਣੀ ਉਹਨਾਂ ਨੂੰ ਵੱਤਰ ਜਾਂ ਨਹੀਂ ਪਹੁੰਚਿਆ ਹੁੰਦਾ ਉਹਦੇ ਜਦੋਂ ਵੱਤਰ ਪਹੁੰਚਦਾ ਵਾ ਉਹ ਉੱਗ ਪੈਂਦੇ ਨੇ, ਜਾਂ ਬਾਅਦ ਕਾਤਕ ਬਾਰਿਸ਼ ਦੀ ਵਜ੍ਹਾ ਨਾਲ ਮੜ ਜਾਂਗੇ, ਕਰੰਟ ਹੋ ਜਾਂਦੇ ਨੇ। ਠੀਕ ਹੈ, ਅਤੇ ਆਪਾਂ ਜਦੋਂ ਉਹਨਾਂ ਨੂੰ ਪਾਣੀ ਦਿਆਂਗੇ ਉਹਨਾਂ ਦਾ ਕਰੰਟ ਖਤਮ ਹੋ ਜਾਏਗਾ ਵੱਤਰ ਪਹੁੰਚਣ ਨਾਲ ਔਰ ਉਹ ਸਹੀ ਉਹਨਾਂ ਦੀ ਜਰਮੀਨੇਸ਼ਨ ਜਿਹੜੀ ਆ ਉਹ ਹੋ ਜਾਏਗੀ। ਠੀਕ ਹੈ, ਔਰ ਜਿਹੜੀ ਜਗ੍ਹਾ ਤੁਹਾਨੂੰ ਰੌਣੀ ਨਹੀਂ ਕੀਤੀ, ਜਿਹੜੀ ਚੀਜ਼ ਮੈਂ ਨੋਟ ਕੀਤੀ ਆ ਉੱਥੇ ਇੰਨੀ ਜ਼ਿਆਦਾ ਗਰੋਥ ਨਹੀਂ ਕਰਦੇ ਪਏ, ਕਿਸੇ ਕਿਸੇ ਜਗ੍ਹਾ 'ਤੇ ਜਿਹੜਾ ਵਾ ਸਾੜਾ ਵੀ ਮਹਿਸੂਸ ਕਰਦੇ ਪਏ ਨੇ। ਠੀਕ ਹੈ, ਔਰ ਇਹਨਾਂ ਦੀ ਜਿਹੜੀ ਗਰੋਥ ਉਹ ਸਹੀ ਨਹੀਂ ਹੈ, ਔਰ ਜਿਹੜੀ ਜਗ੍ਹਾ 'ਤੇ ਉਹਨਾਂ ਨੇ ਰੌਣੀ ਕਰਕੇ ਕਾਸ਼ਤ ਕੀਤੇ ਸਨ ਇਹ ਕਣਕ ਵਾਲਾ ਵੱਢ ਹੈਗਾ ਸੀ, ਕਣਕ ਵਾਲੀ ਜਗ੍ਹਾ 'ਤੇ ਉਹਨਾਂ ਨੇ ਕਾਸ਼ਤ
ਕੀਤੇ ਸਨ। ਲੇਕਿਨ ਇਸ ਤੋਂ ਪਹਿਲਾਂ ਜਦੋਂ ਮੈਂ ਵੀਡੀਓ ਬਣਾਈ ਸੀ ਨਾ, ਤਕਰੀਬਨ ਉਹ ਇਹਨਾਂ ਦੀ ਜਰਮੀਨੇਸ਼ਨ ਠੀਕ ਸੀ, ਲੇਕਿਨ ਵਿੱਚੋਂ ਕਿਤੋਂ ਜ਼ਿਆਦਾਤਰ ਜਿਹੜੇ ਨੇ ਜਿੱਥੇ ਰੌਣੀ ਨਹੀਂ ਹੋਈ ਉੱਥੇ ਤੁਸੀਂ ਦੇਖ ਸਕਦੇ ਜੇ ਵਿੱਚੋਂ ਇਹ ਖਤਮ ਹੋਣੇ ਸ਼ੁਰੂ ਹੋ ਗਏ ਨੇ, ਸਾੜਾ ਜਿਹਾ ਇਹਨਾਂ ਨੂੰ ਪੈ ਗਿਆ। ਹਾਲਾਂਕਿ ਸਪਰੇਅ ਵੀ ਜਿਹੜੀ ਆ ਉਹ ਕੀਤੀ ਸੀ, ਲੇਕਿਨ ਉਸ ਦੇ ਬਾਵਜੂਦ ਵੀ ਵਿੱਚੋਂ ਜਿਹੜਾ ਹੁਣ ਗੈਪ ਆਉਣਾ ਸ਼ੁਰੂ ਹੋ ਗਿਆ, ਵਿੱਚੋਂ ਪੌਦੇ ਜਿਹੜੇ ਨੇ ਉਹ ਸੜਦੇ ਜਾਂਦੇ, ਜਿਵੇਂ ਸਾੜਾ ਜਿਹਾ ਨਹੀਂ ਕਰਦੇ, ਸੁੰਡੀ ਜੀ ਪੈ ਜਾਂਦੀ। ਸੁੰਡੀ ਵਾਲਾ ਹਾਲਾਂਕਿ ਸਪਰੇਅ ਇਹਨਾਂ ਕੀਤਾ ਵਾ ਔਰ ਬਰਾਬਰ ਹੀ ਕੀਤਾ, ਲੇਕਿਨ ਉਹ ਜਿਹੜੀ ਜਗ੍ਹਾ ਵਾ ਉਹ ਬਿਹਤਰੀਨ ਖੜੀ ਹੈ, ਠੀਕ ਖੜੀ ਹੈ, ਉਹਨੂੰ ਕੋਈ ਮਸਲਾ ਨਹੀਂ ਹੈਗਾ, ਉਹਨਾਂ ਦੀ ਗਰੋਥ ਵੀ ਅੱਛੀ ਹੈ, ਸਭ ਕੁਛ ਠੀਕ ਹੈ। ਲੇਕਿਨ ਜਿਹੜੀ ਜਗ੍ਹਾ 'ਤੇ ਰੌਣੀ ਨਹੀਂ ਹੋਈ ਉੱਥੇ ਜਿਹੜਾ ਵਾ ਇਹ ਮਸਲਾ ਜ਼ਿਆਦਾ ਵਾ ਔਰ ਇਹਨਾਂ ਪੌਦਿਆਂ ਦੀ ਗਰੋਥ ਵੀ ਜਿਹੜੀ ਆ ਉਹ ਘੱਟ ਹੈਗੀ। ਤੁਸੀਂ ਦੇਖ ਲਓ ਤਕਰੀਬਨ 2 ਇੰਚ ਤੁਸੀਂ ਕਹਿ ਸਕਦੇ ਜੇ ਕਿ ਇਹਦਾ ਇਸ ਟਾਈਮ ਕੱਦ ਹੈਗਾ। ਕਿਸੇ ਜਗ੍ਹਾ 'ਤੇ ਪੌਦੇ ਵੱਡੇ ਵੀ ਨੇ ਇਸ ਤੋਂ, ਔਰ ਕਿਸੇ ਜਗ੍ਹਾ 'ਤੇ ਛੋਟੇ ਵੀ ਨੇ। ਹੁਣ ਇਹ ਦੇਖ ਲਓ ਇਹਦਾ ਇੰਚ ਵੀ ਨਹੀਂ ਹੋਣਾ, ਠੀਕ ਹੈ। ਇਹਨਾਂ ਦੀ ਗਰੋਥ ਜਿਹੜੀ ਹੈ ਨਾ ਉਹ ਘੱਟ ਹੈਗੀ। ਅਤੇ ਹੁਣ ਮੈਂ ਤੁਹਾਨੂੰ ਚੈੱਕ ਕਰਵਾ ਦਿੰਦਾ ਜਾ ਕੇ ਦੂਸਰੀ ਸਾਈਡ 'ਤੇ। ਔਰ ਉਹਦੇ ਵਿੱਚ ਜਿਹੜਾ ਵਾ ਰੌਣੀ ਕੀਤੀ, ਉਹਦੇ ਵਿੱਚ ਇਹ ਮੁਰਖ ਜਿਹੜੀ ਹੈ ਨਾ ਜੜੀ ਬੂਟੀ ਮਾੜੀ ਚੰਗੀ ਉਹਦੇ 'ਚ ਹੋਈ ਆ, ਲੇਕਿਨ ਇਹ ਕਿ ਗਰੋਥ ਜਿਹੜੀ ਉੱਥੇ ਉਹ ਠੀਕ ਕਰਦੇ ਪਏ। ਬਾਕੀ ਇਹ ਦੇਖ ਲਓ ਇਹ ਖਾਲਾ ਵਾ, ਇਹਨਾਂ ਨੇ ਸਿਰਫ ਇਹਨਾਂ ਨੂੰ ਤਿਲਾਂ ਨੂੰ ਪਾਣੀ ਲਾਉਣ ਵਾਸਤੇ ਬਣਾਇਆ, ਠੀਕ ਹੈ। ਇਹ ਚੈੱਕ ਕਰ ਲਓ, ਔਰ ਇਹ ਪਾਣੀ ਸਿਰਫ ਸਾਹਮਣੇ ਉਹਨਾਂ ਦਾ ਟਿਊਬਵੈੱਲ ਇੱਕ ਮਾਲ ਮੂਲ ਵਾਸਤੇ ਚਲਾਉਂਦੇ ਨੇ ਨਾ, ਤਾਂ ਫਿਰ ਖਾਲੇ ਦੇ ਵਿੱਚ ਪਾਣੀ ਆ ਜਾਂਦਾ। ਫਿਰ ਫਿਲਹਾਲ ਉਹਨਾਂ ਨੇ ਇਸ ਟਾਈਮ ਜਿਹੜਾ ਪਾਣੀ ਨਹੀਂ ਲਾਇਆ। ਇਹ ਹੁਣ ਉਹ 3 ਏਕੜ ਉਹ ਨੇ ਜਿਨ੍ਹਾਂ ਨੂੰ ਰੌਣੀ ਕੀਤੀ ਹੋਈ ਹੈ। ਇਹ ਤੁਹਾਨੂੰ ਨਜ਼ਰ ਵੀ ਆ ਰਿਹਾ ਹੈਗਾ ਕਿ ਤੁਹਾਨੂੰ ਬਿਲਕੁਲ ਸਰ ਸਬਜ਼ ਜਿਹੜੇ ਆ ਉਹ ਨਜ਼ਰ ਆ ਰਿਹਾ। ਬਾਕੀ ਮੈਂ ਤੁਹਾਨੂੰ ਚੈੱਕ ਵੀ ਕਰਵਾ ਦੇਣਾ ਵਾਂ ਕਿ ਇਹਦੀ ਗਰੋਥ ਕਿੰਨੀ ਹੋਈ ਹੈ। ਇਹ ਦੇਖ ਲਓ, ਇੱਕ ਦਿਨ ਕਾਸ਼ ਤੋਂ ਇਹਨੇ ਇੱਕੋ ਟਾਈਮ ਪਾਣ ਲੱਗਾ, ਇੱਕੋ ਜ਼ਮੀਨ ਹੈ, ਕੋਈ ਫਰਕ ਨਹੀਂ ਹੈਗਾ। ਸਿਰਫ ਫਰਕ ਜਿਹੜਾ ਵਾ ਉਹ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰ ਚੁੱਕਿਆ ਵਾਂ ਰੌਣੀ ਦਾ ਵਾ। ਇਹ ਦੇਖ ਲਓ ਤੁਸੀਂ, ਔਰ ਹੁਣ ਮੈਂ ਤੁਹਾਨੂੰ ਇਹਨਾਂ ਦੀ ਗਰੋਥ ਜਿਹੜੀ ਆ ਉਹ ਚੈੱਕ ਕਰਾ ਦੇਣਾ। ਇਹ ਦੇਖੋ ਪੌਣੀ ਗਿੱਠੇ ਇਹਦੀ ਜਿਹੜਾ ਕੱਦ ਹੈ ਇਸ ਟਾਈਮ, ਠੀਕ ਹੈ। ਪੌਦੇ ਵਿੱਚ ਛੋਟੇ ਵੀ ਹੈਗੇ ਨੇ, ਲੇਕਿਨ ਉਹ ਵੀ ਜਿਹੜੇ ਆ ਉਹ ਵੀ ਚੱਪੇ ਤੋਂ ਜ਼ਿਆਦਾ ਹੈ, ਅੱਧੀ ਗਿੱਠ ਕਹਿ ਲਓ। ਲੇਕਿਨ 2 ਇੰਚ ਵਾਲੇ ਜਾਂ 1.5 ਇੰਚ ਵਾਲੇ ਜਾਂ ਇੰਚ ਵਾਲੇ ਪੌਦੇ ਇੱਥੇ ਨਹੀਂ ਹੈ, ਠੀਕ ਹੈ। ਇਹਨਾਂ ਨੇ ਗਰੋਥ ਜਿਹੜੀ ਹੈ ਠੀਕ ਕੀਤੀ, ਇਹਨਾਂ ਨੂੰ ਰੌਣੀ ਕੀਤਾ ਗਿਆ। ਰੌਣੀ ਦਾ ਇੰਨਾ ਕੁ ਹੋਇਆ ਕਿ ਇਹ ਜਿਹੜੀ ਹੈ ਨਾ ਇਹ ਮੁਰਖ ਵਗੈਰਾ ਇਹ ਚੀਜ਼ ਇਹ ਉੱਗੀ ਹੈ ਵੱਤਰ ਨਾਲ। ਬਾਕੀ ਸਪਰੇਅ ਨਾ ਕਰਦਾ ਸੀ ਚੌੜੇ ਪੱਤੇ ਵਾਲਾ, ਇਹਦੇ 'ਚ ਗੰਦ ਇੰਨਾ ਜ਼ਿਆਦਾ ਨਹੀਂ ਹੈਗਾ। ਬਾਕੀ ਹੁਣ ਤੁਹਾਡੇ ਸਾਹਮਣੇ ਫੈਸਲਾ ਤੁਸੀਂ ਖੁਦ ਕਰਨਾ। ਔਰ ਇਹਦੇ ਵਿੱਚੋਂ ਕੋਈ ਵੀ ਪੌਦਾ ਜਿਹੜਾ ਵਾ ਉਹ ਸੜਿਆ ਵੀ ਨਹੀਂ, ਖਰਾਬ ਵੀ ਨਹੀਂ ਹੋਇਆ, ਠੀਕ ਹੈ, ਸਾੜਾ ਵੀ ਨਹੀਂ ਕਰਦੇ ਪਏ। ਔਰ ਇਹ ਸਿਰਫ ਰੌਣੀ ਨਾ ਕਰਨ ਦਾ ਉੱਧਰ ਇਹ ਫਾਇਦਾ ਵਾ ਉਸ ਪਲਾਟ ਦੇ ਵਿੱਚ ਕਿ ਉਹਦੇ ਵਿੱਚ ਜਿਹੜਾ ਵਾ ਉਹ ਗੰਦ ਨਹੀਂ ਉੱਗਿਆ, ਠੀਕ ਹੈ, ਕਿਉਂਕਿ ਵੱਤਰ ਨਹੀਂ ਸੀ ਗੰਦ ਫਿਰ ਕੀ ਉੱਗਣਾ ਸੀਗਾ, ਠੀਕ ਹੈ। ਔਰ ਇਹਦੇ ਵਿੱਚ ਜਿਹੜਾ ਵਾ
ਇਹ ਮੁਰਖ ਹੋ ਗਈ, ਲੇਕਿਨ ਇਹਦਾ ਐਡਾ ਨੁਕਸਾਨ ਨਹੀਂ ਹੈਗਾ। ਬਾਕੀ ਇਹਨਾਂ ਦੀ ਗਰੋਥ ਵੀ ਠੀਕ ਹੈ, ਇਹਨਾਂ ਨੂੰ ਬਿਮਾਰੀ ਵੀ ਕੋਈ ਨਹੀਂ ਹੈਗੀ। ਠੀਕ ਹੈ, ਸੁੰਡੀ ਵਾਲਾ ਸਪਰੇਅ ਉਹਨਾਂ ਕੀਤਾ ਸੀ, ਮਾੜਾ ਚੰਗਾ ਇਸ ਟਾਈਮ ਵੀ ਅਟੈਕ ਦੁਬਾਰਾ ਫਿਰ ਉਹ ਜਿਹੜਾ ਵਾ ਕਹਿ ਰਹੇ ਸੀ ਕਿ 2-4 ਦਿਨ ਦੇ ਵਿੱਚ ਅਸੀਂ ਇਹਨੂੰ ਦੁਹਰਾ ਦੇਵਾਂਗੇ। ਬਾਕੀ ਅੱਗੇ ਅੱਗੇ ਤੁਸੀਂ ਦੇਖਦੇ ਜਾਓ, ਕਿਤੇ ਕਿਤੇ 'ਤੇ ਉਂਝ ਹੀ ਮੇਰਾ ਗੇਟ ਗੇਟ ਦੇ ਪੌਦੇ ਹੋਏ ਨੇ। ਹੁਣ ਉਹਨਾਂ ਨੇ ਛਦਰਾਈ ਇਸ ਪਾਣੀ 'ਤੇ ਜਿਹੜਾ ਕਰਵਾਉਣਗੇ ਇਨਸ਼ਾ ਅੱਲਾਹ ਤਾਲਾ। ਔਰ ਜਿਹੜੇ ਪੌਦੇ ਆ ਸਿੰਗਲ ਨੇ ਵੇਖ ਲਓ ਉਹਨਾਂ ਦੀ ਮਾਸ਼ਾ ਅੱਲਾਹ ਗਰੋਥ ਵੀ ਔਰ ਜਿਹੜੇ ਨੇ ਤਰੋ ਤਾਜ਼ਾ ਵੀ ਨੇ, ਔਰ ਜਿੰਨੇ ਪੌਦੇ ਜ਼ਿਆਦਾ ਹੋਣਗੇ ਉਨਾ ਜ਼ਿਆਦਾ ਇਹਨਾਂ ਦੀ ਗਰੋਥ ਵੀ ਘੱਟ ਹੁੰਦੀ ਆ, ਔਰ ਵੱਧਦੇ ਫੁੱਲ ਦੇ ਵੀ ਘੱਟ ਨੇ। ਜ਼ਿਆਦਾ ਪੌਦੇ ਨਹੀਂ ਹੋਣੇ ਚਾਹੀਦੇ, ਘੱਟ ਤੋਂ ਘੱਟ ਪੌਦੇ ਜਿਹੜੇ ਨੇ। ਬਿਲਕੁਲ ਇੱਕ ਇੱਕ ਪੌਦਾ ਵੀ ਜਿਹੜਾ ਵਾ ਉਹ ਸਮਝ 'ਚ ਨਹੀਂ ਆਉਂਦਾ ਉਹਨਾਂ ਦੀ, ਬਿਲਕੁਲ ਪਾਪੂਲੇਸ਼ਨ ਜਾਂ ਤਾਦਾਦ ਘੱਟ ਜਾਂਦੀ ਫਿਰ ਐਵਰੇਜ 'ਤੇ ਫਰਕ ਪੈਂਦਾ। ਲੇਕਿਨ ਇੱਕ ਪੌਦੇ ਜਿਹੜੇ ਨੇ ਉਹ ਹੋਣੇ ਚਾਹੀਦੇ ਕੋਈ 2-3, ਕਮ ਅਜ਼ ਕਮ ਕੋਈ ਐਵਰੇਜ 'ਤੇ ਜਿਹੜੀ ਆ ਉਹ ਆਉਣੀ ਚਾਹੀਦੀ। ਔਰ ਸਾਡੇ ਇਲਾਕੇ 'ਚ ਕਾਫੀ ਜਿਹੜੇ ਦੋਸਤ ਨੇ ਉਹ ਅਗਰ ਛਦਰਾਈ ਕਰਾਉਂਦੇ ਨੇ ਤਾਂ ਇੱਕ ਇੱਕ ਪੌਦਾ ਮੈਂ ਕਦੀ ਵੀ ਨਹੀਂ ਦੇਖਿਆ ਵੀ ਕਿਸੇ ਦਾ ਵੀ ਹੋਏਗਾ। 2-3 ਪੌਦੇ ਲਾਜ਼ਮੀ ਹੁੰਦੇ ਨੇ। ਠੀਕ ਹੈ, ਬਾਕੀ ਹਰ ਇਲਾਕੇ ਦਾ ਹਰ ਬੰਦੇ ਦਾ ਇੱਕ ਆਪਣਾ ਹਿਸਾਬ ਕਿਤਾਬ ਹੈਗਾ ਫਸਲ ਬੀਜਣ ਦਾ ਔਰ ਉਹਦੀ ਦੇਖਭਾਲ ਕਰਨ ਦਾ। ਬਾਕੀ ਇਹ ਫਰਕ ਜਿਹੜਾ ਵਾ ਇਹ ਤੁਸੀਂ ਖੁਦ ਜੱਜ ਕਰ ਲਓ। ਬਾਕੀ ਅਗਰ ਕੋਈ ਕਮੀ ਪੇਸ਼ੀ ਹੋਵੇ ਤਾਂ ਫਿਰ ਵੀ ਮੇਰੇ ਭਾਈ ਮੈਨੂੰ ਗਾਈਡ ਕਰੋ ਜੀ। ਬਾਕੀ ਦੁਆ ਮੈਂ ਯਾਦ ਰੱਖੀਏਗਾ, ਆਪਣਾ ਖਿਆਲ ਰੱਖੀਏਗਾ। ਸਲਾਮ।